ਅੱਜ ਆਪਾਂ ਚੱਲਿਆਂਗੇ ਇੰਗਲੈਂਡ ਤੋਂ ਵੇਲਸ ਨੂੰ, ਅਤੇ ਆਪਾਂ ਟ੍ਰੇਨ ਸਟੇਸ਼ਨ 'ਤੇ ਪਹੁੰਚ ਚੁੱਕੇ ਹਾਂਗੇ, ਅਤੇ ਆਹ ਟ੍ਰੇਨ ਸਟੇਸ਼ਨ ਹੈਗਾ ਬਰਮਿੰਘਮ ਦਾ, ਅਤੇ ਆਪਾਂ ਇੱਧਰ ਜਾਣਾ ਹੈਗਾ ਪਵੇਲੀ ਐਂਡ ਆਰਸ ਵਿਥਿਮਿਥ, ਪਤੇ ਪੜ੍ਹੇ ਨਹੀਂ ਜਾਂਦੇ ਨਾ, ਤੁਸੀਂ ਆਪ ਪੜ੍ਹ ਲਓ ਕਿਉਂਕਿ ਵੈਲਸ਼ ਲੈਂਗੁਏਜ ਬਹੁਤ ਔਖੀ ਹੈਗੀ। ਗੋਰਾ ਕਹਿੰਦਾ ਮੈਂ ਤੁਹਾਡੀ ਫੋਟੋ ਖਿੱਚ ਕੇ ਦਿੰਦਾਗਾ, ਪਰ ਉਹ ਵੀਡੀਓ ਚੱਲ ਰਹੀ ਸੀਗੀ, ਉਹ ਕਹਿੰਦਾ ਵੀ ਤੁਹਾਡੀ ਵੀਡੀਓ ਆਉਣ ਹੈਗੀ। ਅਤੇ ਹਾਂਜੀ, ਤੁਹਾਡਾ ਸਾਰਿਆਂ ਦਾ ਅੱਜ ਮਿੰਨੀ ਬਲੌਗ ਦੇ ਵਿੱਚ ਸਵਾਗਤ ਕਰ ਦਿਆਂਗੇ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਆਪਣਾ ਇਹ ਪਹਿਲਾ ਮਿੰਨੀ ਬਲੌਗ ਹੈਗਾ, ਅਤੇ ਆਪਾਂ ਇੱਥੋਂ ਇੰਗਲੈਂਡ ਤੋਂ ਅੱਜ ਵੇਲਸ ਨੂੰ ਚੱਲਿਆਂਗੇ, ਅਤੇ ਦੇਖੋ ਕਿੰਨੇ ਸੋਹਣੇ ਪਹਾੜ ਆ ਗਏ ਇੱਧਰ ਹਰੇ ਭਰੇ। ਅੱਜ ਮੌਸਮ ਵੀ ਪੂਰਾ ਸੋਹਣਾ ਗਾ, ਅਤੇ ਧੁੱਪ ਨਿਕਲੀ ਵੀ ਹੈਗੀ, ਅਤੇ ਦੇਖੋ ਕਦੇ ਘਰ ਆ ਜਾਂਦੇ ਆ ਰਾਹ ਦੇ ਵਿੱਚ, ਕਦੇ ਪਹਾੜ ਆ ਜਾਂਦੇ ਹੈਗੇ, ਫਿਰ ਘਰ ਆ ਜਾਂਦੇ ਆ, ਫਿਰ ਪਹਾੜ ਆ ਜਾਂਦੇ ਹੈਗੇ, ਸਮੁੰਦਰ ਵੀ ਆਊਗਾ, ਉਹ ਵੀ ਤੁਹਾਨੂੰ ਦਿਖਾਊਂਗਾ। ਸਾਰੀ ਵੀਡੀਓ ਦੇਖਿਓ, ਅਤੇ ਆਹ ਦੇਖੋ ਇੱਥੇ ਕੰਸਟਰਕਸ਼ਨ ਵਾਲੇ ਲੱਗੇ ਹੈਗੇ, ਆਪਦਾ ਪੂਰਾ ਮਾਹੌਲ ਬਣਾਇਆ ਵਾ ਇਹਨਾਂ ਨੇ, ਦੇਖੋ ਪੂਰਾ ਹੌਲੀ ਹੌਲੀ ਆਪਦਾ ਕੰਮ ਕਰੀ ਜਾਂਦੇ। ਆਪਾਂ ਨੂੰ ਲੱਗੀ ਸੀ ਭੁੱਖ, ਅਤੇ ਆਪਾਂ ਕੇਲਾ ਖਾ ਕੇ ਉਹਦਾ ਛਿਲਕਾ ਜਿਹੜਾ ਬੈਗ ਦੇ ਪਾਸੇ ਹੀ ਤੁਹਾਨੂੰ ਤਾਂ, ਇੰਨੇ 'ਚ ਗੋਰਾ ਭਾਈ ਲੈ ਕੇ ਆ ਗਿਆ ਰੇਹੜੀ, ਅਤੇ ਇਹਦੇ ਪੁੱਛਦੇ ਹਾਂ ਕੀ ਖਾਣ ਪੀਣ ਨੂੰ ਇਹਦੇ ਕੋਲ, ਅਤੇ ਆਪਾਂ ਇਹ ਤੋਂ ਲੈਂਦੇ ਹਾਂ ਫੈਂਟਾ। ਅੱਜ ਤਾਂ ਨਜ਼ਾਰੇ ਬੰਨੇ ਪਏ ਆ। ਲਓ ਬਈ, ਹੁਣ ਆ ਗਿਆ ਭੇਡਾਂ ਦਾ ਫਾਰਮ, ਅਤੇ ਇੱਥੇ ਭੇਡਾਂ ਹੀ ਖੁੱਲ੍ਹੀਆਂ ਛੱਡੀਆਂ ਹੁੰਦੀਆਂ ਹੈਗੀਆਂ ਫਾਰਮ ਦੇ ਵਿੱਚ, ਅਤੇ ਭੇਡਾਂ ਨੇ ਆਪਦਾ ਕੰਮ ਕਰੀ ਜਾਣਾ ਹੈਗਾ, ਟ੍ਰੇਨ ਵੀ ਆਪਦਾ ਕੰਮ ਖਿੱਚੀ ਜਾਂਦੀ ਹੈਗੀ, ਬਸ ਇਹਨੇ ਲਾ ਦੇਣਾ ਆਪਾਂ ਨੂੰ 4.5 ਘੰਟਿਆਂ ਦੇ ਵਿੱਚ, ਅਤੇ ਆਹ ਫਿਰ ਘਰ ਸ਼ੁਰੂ ਹੋ ਗਏ। ਦੇਖੋ ਛੋਟੇ ਛੋਟੇ ਪਿੰਡ ਆ ਗਏ, ਇੱਦਾਂ ਹੀ ਗੱਲਾਂ ਗੱਲਾਂ ਦੇ ਵਿੱਚ ਤੁਹਾਨੂੰ ਟ੍ਰੇਨ ਦਿਖਾਉਣੀ ਤਾਂ ਭੁੱਲ ਹੀ ਗਏ, ਟਾਵੇਂ ਟਾਵੇਂ ਬੰਦੇ ਬੈਠੇ ਹੈਗੇ, ਅਤੇ ਆਪਾਂ ਵੀ ਵਿਚਾਲੇ ਟੇਬਲ 'ਤੇ ਬੈਠੇ ਨਜ਼ਾਰੇ ਨਾਲ। ਆਹ ਪੜ੍ਹ ਕੇ ਦੇਖੋ ਬਈ, ਆਹ ਦੇਖੋ ਕੀ ਲਿਖਿਆ ਵਾ ਇਹਨਾਂ ਨੇ ਵੈਲਿਸ਼ ਲੈਂਗੁਏਜ ਦੇ ਵਿੱਚ, ਉੱਤੇ ਥੱਲੇ ਆਹ ਦੇਖੋ ਥੱਲੇ ਇੰਗਲਿਸ਼ 'ਚ ਟ੍ਰਾਂਸਲੇਟ ਕੀਤਾ ਵਾਗਾ। ਜਿਹੜੀ ਟ੍ਰੇਨ ਦੇ ਵਿੱਚ ਆਪਾਂ ਬੈਠੇ ਹੋਇਆਂਗੇ, ਅਤੇ ਇਹਦੇ ਦੋ ਹਿੱਸੇ ਕਰਤੇ ਹੈਗੇ, ਦੋ ਡੱਬੇ ਤੁਰ ਗਏ ਉੱਧਰ ਨੂੰ, ਅਤੇ ਦੋ ਡੱਬਿਆਂ ਦੇ ਵਿੱਚ ਆਪਾਂ ਬੈਠੇ ਵੀ ਹੈਗੇ, ਅਤੇ ਆਪਾਂ ਚੱਲਿਆ ਇੱਥੋਂ ਸਿੱਧਾ ਪੋਰਥਮਾ ਡੌਗ ਨੂੰ। ਹੁਣ ਜਿਹੜੀ ਆਪਣੀ ਟ੍ਰੇਨ ਹੈਗੀ ਉਹ ਸਾਰੀ ਸਮੁੰਦਰ ਦੇ ਨਾਂ ਨਾਲ ਜਾਣੀ ਹੈਗੀ, ਤੁਹਾਨੂੰ ਰਾਹ ਦੇ ਵਿੱਚ ਸਮੁੰਦਰੀ ਸਮੁੰਦਰ ਦਿਸੂਗਾ। ਇੱਕ ਪਾਸੇ ਦਾ ਪਹਾੜ ਹੈਗਾ, ਅਤੇ ਪਹਾੜ ਦੇ ਨਾਲ ਹੀ ਆਪਣੀ ਟ੍ਰੇਨ ਜਾਣੀ ਹੈਗੀ ਸਮੁੰਦਰ ਦੇ ਨਾਂ ਨਾਲ। ਤੁਹਾਨੂੰ ਮੈਪ ਦੇ ਉੱਤੇ ਦਿਖਾਉਣਾ ਹੈਗਾ ਕਿਵੇਂ ਆਪਣੀ ਟ੍ਰੇਨ ਜਾ ਰਹੀ ਹੈਗੀ। ਆਹ ਦੇਖੋ ਇੱਕ ਪਾਸੇ ਸਮੁੰਦਰੀ ਸਮੁੰਦਰਾਂ ਨੀਲਾ ਹਿੱਸਾ ਜਿਹੜਾ ਸਾਰਾ, ਅਤੇ ਨਾਲ ਇੱਕ ਪਾਸੇ ਆਪਣੇ ਪਹਾੜ ਆ ਗਏ, ਅਤੇ ਬਾਕੀ ਇੱਧਰ ਪਿੰਡਾਂ ਸ਼ਹਿਰਾਂ ਦੇ ਨਾਂ ਦੇਖੋ ਕਿੱਦਾਂ ਦੇ ਹੈਗੇ। ਜਿਹੜਾ ਇਹ ਵੇਲਸ ਆ, ਇਹ UK ਦਾ ਹੀ ਹਿੱਸਾ ਗਾ, ਅਤੇ ਇੱਧਰ ਜਿਹੜੇ ਲੋਕ ਆ ਉਹ ਵੈਲਿਸ ਲੈਂਗੁਏਜ ਬੋਲਦੇ ਹੈਗੇ, ਤਾਂ ਕਰਕੇ ਜਿਹੜੇ ਇੱਥੋਂ ਦੇ ਪਿੰਡ ਸ਼ਹਿਰ ਹੈਗੇ ਉਹਨਾਂ ਦੇ ਨਾਮ ਪ੍ਰੋਨਾਊਂਸ ਕਰਨ ਦੇ ਵਿੱਚ ਥੋੜ੍ਹੇ ਜਿਹੇ ਔਖੇ ਹੈਗੇ। ਅਤੇ ਗੋਰੇ ਇੱਧਰ ਘੁੰਮਣ ਦੇ ਲਈ ਆਉਂਦੇ ਹੈਗੇ, ਘੁੰਮਣ ਦੇ ਲਈ ਇੱਕ ਬਹੁਤ ਸੋਹਣੀ ਜਗ੍ਹਾ ਗੀ, ਅਤੇ ਬਾਕੀ ਇੱਥੇ ਜਿਵੇਂ ਨਾਲ ਸਮੁੰਦਰ ਹੈਗਾ, ਲੋਕ ਗਰਮੀਆਂ ਦੇ ਵਿੱਚ ਬਹੁਤ ਆਉਂਦੇ ਆ ਇੱਥੇ, ਅਤੇ ਇੱਥੇ ਘੁੰਮਣਾ ਪਸੰਦ ਕਰਦੇ ਹੈਗੇ। ਆਪਣੀ ਜਿਹੜੀ ਟ੍ਰੇਨ ਹੈਗੀ ਉਹ ਆਹ ਪੁਲ ਦੇ ਉੱਤੋਂ ਦੀ ਲੰਘ ਕੇ ਆਈ ਹੈਗੀ, ਦੋਨੇ ਪਾਸੇ ਪਹਾੜ ਸੀ ਅਤੇ ਵਿਚਾਲੇ ਸਮੁੰਦਰ ਸੀਗਾ, ਅਤੇ ਆਪਾਂ 22 ਵਾਰਮਾ ਪਹੁੰਚ ਚੁੱਕੇ ਹੈਗੇ, ਅਤੇ ਅਗਲਾ ਸਟੋਪ ਆਪਣਾ ਗਾ, ਅਤੇ ਹੁਣ ਆਪਾਂ ਚੱਲਿਆਂਗੇ, ਆਪਣਾ ਸਟੋਪ ਆ ਚੁੱਕਿਆ ਗਾ, ਅਤੇ ਟ੍ਰੇਨ ਦੇ ਬਾਹਰ ਚੱਲਿਆ।